ਪੰਜਾਬੀ ਦੇ ਸਿੱਖਿਆ ਲੈ ਰਹੇ ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ ਸਪੋਰਟ ਫॉर এডੂਕੇਸ਼ਨ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਧ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਜਮਾਤ 10ਵੀਂ ਵੰਗੀ ਪੁਸਤਕ ਵਿੱਚੋਂ ਕਹਾਣੀ ਜਿਸ ਦਾ ਨਾਮ ਹੈ ਅੰਕਸੰਗ ਜਿਸ ਦੇ ਲੇਖਕ ਹਨ ਬਰਿਆਮ ਸੰਦੋਜੀ। ਦੋਸਤੋ ਇਸ ਵੀਡੀਓ ਵਿੱਚ ਅਸੀਂ ਇਸ ਕਹਾਣੀ ਨੂੰ ਸਮਝਾਂਗੇ ਤੇ ਆ ਦੇਖਾਂਗੇ ਕਿ ਲੇਖਕ ਨੇ ਸਾਨੂੰ ਇਸ ਕਹਾਣੀ ਵਿੱਚ ਕੀ ਸਿੱਖਿਆ ਦੇਣ ਦੀ ਕੋਸ਼ਿਸ਼ ਹੈ ਉਹ ਕੀਤੀ ਹੈ। ਤੇ ਜੇ ਅਜਿਹਾ ਕਾਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर এডੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਮੀਆਂ ਵੀਡੀਓਸ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ ਆਓ ਸ਼ੁਰੂ ਕਰਦੇ ਹਾਂ ਤੇ ਦੋਸਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਦਾਦਾ ਜੀ ਦੀ ਤੇ ਕੀ ਹੁੰਦਾ ਕਿ ਦਾਦਾ ਜੀ ਇਹਨੇ ਉਹ ਕਰਜ਼ੇ ਹੇਠ ਦੱਬ ਜਾਂਦੇ ਨੇ ਤੇ ਹੁਣ ਜੋ ਕਰਜ਼ੇ ਹੇਠ ਦੱਬੇ ਜਾਣ ਕਾਰਨ ਉਹ ਆਪਣੀ ਜ਼ਮੀਨ ਹੈ ਗੈਣੇ ਪਾ ਕੇ ਸਿੰਗਾਪੁਰ ਚਲੇ ਜਾਂਦੇ ਹਨ ਤੇ ਸਿੰਗਾਪੁਰ ਤੋਂ ਪੈਸੇ ਕਮਾਏ ਜਾਂਦੇ ਨੇ ਤੇ ਆਪਣੀ ਗੈਣੇ ਪਈ ਜ਼ਮੀਨ ਨੂੰ ਛੁਡਾ ਲੈਂਦੇ ਨੇ ਤੇ ਬਹੁਤ ਹੀ ਮਿਹਨਤੀ ਹੁੰਦੇ ਨੇ ਤੇ ਬਾਹਰ ਜਾ ਕੇ ਸਿੰਗਾਪੁਰ ਜਾ ਕੇ ਬਹੁਤ ਹੀ ਮਿਹਨਤ ਕਰਦੇ ਨੇ ਤੇ ਆਪਣੇ ਘਰ ਪੈਸੇ ਭੇਜਦੇ ਰਹਿੰਦੇ ਨੇ ਦਾ ਦਾਦਾ ਜੀ ਦਾ ਪੁੱਤਰ ਹੈ ਉਸ ਦਾ ਨਾਂ ਕਰਤਾਰ ਸਿੰਘ ਤੇ ਹੁਣ ਕਰਤਾਰ ਸਿੰਘ ਕੀ ਕਰਦਾ ਆਪਣੇ ਪਿਓ ਦੇ ਸਿਰ ਤੇ ਐਸ਼ ਕਰਦਾ ਬਾਹਰ ਤੋਂ ਆਂਦੇ ਪੈਸੇ ਆਂਦੇ ਸਿਰ ਤੇ ਉਹ ਐਸ਼ ਕਰਦਾ ਲਿਸ਼ਕ ਦੀ ਕਮੀਜ਼ ਪਾਉਂਦਾ ਚਮਕਦੀ ਹੋਈ ਕਮੀਜ਼ ਪਾਉਂਦਾ ਗਾਜਰੀ ਰੰਗ ਦੀ ਪੱਗ ਬੰਨਦਾ ਤੇ ਹੁਣ ਦਾਦੀ ਅਤੇ ਪਤਨੀ ਤੇ ਹੁਣ ਕਰਤਾਰ ਸਿੰਘ ਦੀ ਮਾਂ ਤੇ ਉਸ ਦੀ ਪਤਨੀ ਜਗੀਰ ਘੋਰ ਹੈ ਉਸ ਨੂੰ ਕਾਫੀ ਸਮਝਾਉਂਦੀ ਹੈ ਕਿ ਸ਼ਰਾਬ ਨਾ ਪੀਓ ਕਿ ਹੁਣ ਜਿਆਦਾ ਪੈਸਾ ਨਾ ਖਰਚੋ ਪਰ ਉਹਨਾਂ ਦੀ ਸੁਣਦਾ ਨਹੀਂ ਮੰਨਦਾ ਨਹੀਂ ਤੇ ਹੁਣ ਇੰਨਾ ਜ਼ਿਆਦਾ ਜਵਾਨ ਹੈ ਕਿ ਉਹ ਛਾਲਾਂ ਵੀ ਮਾਰਦਾ ਮਤਲਬ ਕਿ ਬਹੁਤ ਜ਼ਿਆਦਾ ਜਵਾਨ ਹੈ 45 ਸਾਲ ਉਸਦੀ ਉਮਰ ਹੈ ਪਰ ਬਹੁਤ ਜ਼ਿਆਦਾ ਜਵਾਨ ਹੈ ਪਰ ਉਸਦੀਆਂ ਆਦਤਾਂ ਬਹੁਤ ਮਾੜੀਆਂ ਨੇ ਕਿ ਕਿ ਮਾੜੀਆਂ ਆਦਤਾਂ ਨੇ ਸ਼ਰਾਬ ਪੀਂਦਾ ਤੇ ਕਈ ਤਰ੍ਹਾਂ ਦੇ ਨਸ਼ੇ ਕਰਦਾ ਜਿਵੇਂ ਕਿ ਅਫੀਮ ਨਸਵਾਰ ਤੇ ਹੋਰ ਤਰ੍ਹਾਂ ਦੇ ਨਸ਼ੇ ਕਰਦਾ ਪਰ ਇੰਨਾ ਜ਼ਿਆਦਾ ਜਵਾਨ ਉਹ ਲੱਗਦਾ ਹੈ ਕਿ ਜਦੋਂ ਕਰਤਾਰ ਸਿੰਘ ਅਤੇ ਉਸਦਾ ਪੁੱਤਰ ਅਮਰੀਕ ਸਿੰਘ ਇਕੱਠੇ ਜਾ ਰਹੇ ਹੁੰਦੇ ਨੇ ਤੇ ਬਾਹਰਲੇ ਉਪਰੇ ਬੰਦੇ ਨੂੰ ਇਹ ਲੱਗਦਾ ਹੈ ਕਿ ਉਹ ਪ੍ਰਾਣੇ ਦੋਨੋਂ ਕਿ ਉਹ ਬਹੁਤ ਜ਼ਿਆਦਾ ਜਵਾਨ ਲੱਗਦਾ ਹੈ ਤੇ ਬਾਹਰ ਤੋਂ ਪੈਸਾ ਆ ਰਿਹਾ ਹੁੰਦਾ ਹੈ ਕਰਤਾਰ ਸਿੰਘ ਹੋਣਾ ਦਾ ਕੰਮ ਹੈ ਵਧੀਆ ਤਰ੍ਹਾਂ ਚੱਲ ਰਿਹਾ ਹੁੰਦਾ ਖਰਚਾ ਵਗੈਰਾ ਠੀਕ ਤਰ੍ਹਾਂ ਚੰਗੀ ਤਰ੍ਹਾਂ ਨਿਕਲ ਰਿਹਾ ਹੁੰਦਾ ਪਰ ਕੀ ਹੁੰਦਾ ਕਿ ਅਚਾਨਕ ਦਾਦੇ ਦੀ ਮੌਤ ਹੋ ਜਾਂਦੀ ਹੈ ਬਾਹਰੋਂ ਪੈਸਾ ਆਣਾ ਬੰਦ ਹੋ ਜਾਂਦਾ ਤੇ ਉਹਨਾਂ ਦੇ ਉਹਨਾਂ ਕੋਲ ਖੇਤ ਵੀ ਹੈਗੇ ਨੇ ਜ਼ਮੀਨ ਵੀ ਹੈਗੀ ਹੈ ਪਰ ਉਹਨਾਂ ਦਾ ਵਾਹੀ ਵੱਲ ਧਿਆਨ ਨਹੀਂ ਹੈ ਕਿਉਂਕਿ ਫਿਰ ਵੀ ਦਾਦੇ ਦੀ ਮੌਤ ਤੋਂ ਬਾਅਦ ਬਾਹਰ ਤੋਂ ਪੈਸਾ ਆਣਾ ਬੰਦ ਹੋਣ ਤੋਂ ਬਾਅਦ ਵੀ ਕਰਤਾਰ ਸਿੰਘ ਦੀ ਆਦਤ ਹੈ ਬਦਲਦੀਆਂ ਨਹੀਂ ਹੈਗੀਆਂ ਤੇ ਹੁਣ ਸ਼ਰਾਬ ਵੀ ਬਹੁਤ ਜ਼ਿਆਦਾ ਪਿੰਦਾ ਤੇ ਉਸਦੀ ਪਤਨੀ ਜ਼ਗੀਰ ਕੋਰ ਉਸ ਨੂੰ ਸ਼ਰਾਬ ਪੀਣ ਤੋਂ ਮਨਾ ਕਰਦੀ ਥਾ ਇੱਕ ਦਿਨ ਕੀ ਹੁੰਦਾ ਕਿ ਆਪਣੀ ਪਤਨੀ ਆਪਣੀ ਵੋਟੀ ਜ਼ਗੀਰ ਕੋਰ ਨੂੰ ਸ਼ਰਾਬ ਪੀ ਕੇ ਬਹੁਤ ਹੀ ਜ਼ਿਆਦਾ ਥਾਪੀ ਨਾਲ ਕੁੱਟਦਾ ਕਪੜੇ ਤੋਂ ਵਾਲੀ ਥਾਪੀ ਨਾਲ ਕੁੱਟਦਾ ਤੇ ਹੁਣ ਕੀ ਹੁੰਦਾ ਥੋੜੇ ਦਿਨ ਬਾਅਦ ਕਿ ਕਰਤਾਰ ਸਿੰਘ ਦੀ ਭੈਣ ਦੀ ਦੋ ਕੁੜੀਆਂ ਦੇ ਇਕੱਠੇ ਵਿਆਹ ਹੁੰਦੇ ਹਨ ਤੇ ਵਿਆਹ ਵਿੱਚ ਆ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹਨੂੰ ਤੇ ਉਹ ਕਰਤਾਰ ਸਿੰਘ ਉਹ ਖਿਜਿਆ ਰੰਦਾ ਜ਼ਗੀਰ ਕੌਰ ਤੋਂ ਟੂਮਾ ਮੰਗਦਾ ਟੂਮਾ ਦਾ ਅਰਥ ਹੋ ਗਿਆ ਜੁਐਲਰੀ ਜਾਂ ਗਹਿਣੇ ਮੰਗਦਾ ਪਰ ਉਹ ਮਨਾ ਕਰ ਦਿੰਦੀ ਹੈ ਕਿਉਂਕਿ ਆਦ ਤੱਕਰਾਵਨ ਜ਼ਗੀਰ ਕੌਰ ਮਨਾ ਕਰ ਦਿੰਦੀ ਹੈ ਤੇ ਹੁਣ ਆਪਣੀ ਜ਼ਮੀਨ ਵਿੱਚ ਦੋ ਕਿੱਲੇ ਜ਼ਮੀਨ ਹੈ ਗਹਿਣੇ ਪਾ ਦਿੰਦਾ ਗਿਰਵੀ ਰੱਖ ਦਿੰਦਾ ਤਾਂ ਕਿ ਪੈਸਿਆਂ ਦਾ ਜਿਹੜਾ ਅਰੇਂਜਮੈਂਟ ਹੈ ਉਹ ਹੋ ਸਕੇ ਕਰਤਾਰ ਸਿੰਘ ਦੇ ਹੁਣ ਪੰਜ ਬੱਚੇ ਹਨ ਤਿੰਨ ਕੁੜੀਆਂ ਹਨ ਕਿਹਨੇ ਤੇ ਇੱਕ ਕੁੜੀ ਦਾ ਨਾਮ ਹੈ ਬੰਸੋ ਦੂਜੀ ਕੁੜੀ ਤੇ ਦੂਜੀ ਕੁੜੀ ਵੀ ਆਈ ਹੋਈ ਹੈ ਤੇ ਬੰਸੋ ਤੇ ਇੱਕ ਹੋਰ ਕੁੜੀ ਦੋ ਕੁੜੀਆਂ ਵਿਆਹਿਆ ਹੋਈਆਂ ਹਨ ਤੇ ਤੀਜੀ ਛੋਟੀ ਕੁੜੀਆ ਜੋ ਕਿ ਸੱਤਵੇਂ ਵਿੱਚ ਪੜਦੀ ਹੈ ਤੇ ਉਸ ਦੇ ਦੋ ਮੁੰਡੇ ਹਨ ਵੱਡੇ ਮੁੰਡੇ ਦਾ ਨਾਮ ਅਮਰੀਕ ਹੈ ਤੇ ਛੋਟੇ ਮੁੰਡੇ ਦਾ ਨਾਮ ਹੈ ਮਹਿੰਦਰ ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕ ਦੀ ਅਮਰੀਕ ਇੱਕ ਸਰਕਾਰੀ ਮੁਲਾਜ਼ਮ ਹੈ ਤੇ ਹੁਣ ਸਰਕਾਰੀ ਨੌਕਰੀ ਕਰਦਾ ਹੈ ਤੇ ਹੁਣ ਉਸ ਦਾ ਘਰ ਵਿੱਚ ਕੀ ਰੋਲ ਹੈ ਕਿ ਉਹ ਉਸ ਦਾ ਹੈ ਰੋਲ ਹੈ ਕਿ ਉਹ ਆਪਣੀ ਅੱਧੀ ਤਨਖਾਹ ਆਪਣੀ ਮਾਂ ਨੂੰ ਦੇ ਦਿੰਦਾ ਹੈ ਤੇ ਹੁਣ ਉਹਦੀ ਅਪਰੋਚ ਕੀ ਹੈ ਉਸ ਦਾ ਰਵਈਆ ਕੀ ਹੈ ਕਰਦੇ ਪ੍ਰਤੀ ਉਸ ਦਾ ਰਵਈਆ ਕਿ ਮੇਰ ਤੋਂ ਅੱਧੀ ਤਨਖਾਹ ਲੈ ਲਓ ਤੇ ਮੇਰਾ ਖੇੜਾ ਛੱਡੋ ਕਿ ਜੋ ਮਰਜ਼ੀ ਕਰੋ ਅਮਰੀਕ ਐ ਸੋਚਦਾ ਗੱਲ ਕਰਦੇ ਹਾਂ ਮਹਿੰਦਰ ਦੀ ਮਹਿੰਦਰ ਵਾਹੀਵਲ ਖੇਤੀ ਵੱਲ ਧਿਆਨ ਨਹੀਂ ਦਿੰਦਾ ਤੇ ਹੁਣ ਡੰਗਰ ਜਿਹੜੇ ਕਿ ਖੇਤੀ ਵਾਸਤੇ ਜਾਨਵਰ ਹੁੰਦੇ ਨੇ ਉਹ ਤੁਪੇ ਸੜਦੇ ਰਹਿੰਦੇ ਹਨ ਪਰ ਮਹਿੰਦਰ ਕੀ ਕਰਦਾ ਉਹਨਾਂ ਦਾ ਖਿਆਲ ਨਹੀਂ ਰੱਖਦਾ ਖੇਤੀ ਵੱਲ ਧਿਆਨ ਨਹੀਂ ਦਿੰਦਾ ਉਹ ਹਜ਼ਾਰੀ ਟੁੰਡੇ ਇੱਕ ਬੰਦੇ ਦੇ ਕੋਠੇ ਤੇ ਬੈਠ ਬੈਠ ਕੇ ਅਸਮਾਨ ਵੱਲ ਕਬੂਤਰਾਂ ਨੂੰ ਹੀ ਦੇਖਦਾ ਰਹਿੰਦਾ ਵੀ ਉਸ ਦਾ ਧਿਆਨ ਹੀ ਨਹੀਂ ਹੈ ਖੇਤੀ ਵੱਲ ਕੰਮ ਵੱਲ ਤੇ ਕੀ ਹੁੰਦਾ ਕਿ ਇੱਕ ਰਾਤੀ ਕਰਤਾਰ ਸਿੰਘ ਕਾਫੀ ਜ਼ਿਆਦਾ ਨਸ਼ਾ ਪੀ ਲੈਂਦਾ ਕਾਫੀ ਜ਼ਿਆਦਾ ਨਸ਼ਾ ਕਰਦਾ ਸਵੇਰੇ ਜ਼ਗੀਰ ਕੋ ਔਰ ਉਸ ਨੂੰ ਉਠਾਣ ਜਾਂਦੀ ਹੈ ਜਗਾਉਣ ਜਾਂਦੀ ਹੈ ਪਰ ਉਹ बेहोश ਹੁੰਦਾ ਹੈ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਹਸਪਤਾਲ ਲੈ ਜਾਇਆ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਸਮੇ ਉਸ ਦੀ ਉਮਰ ਸਿਰਫ 45 ਸਾਲ ਦੀ ਹੁੰਦੀ ਹੈ ਕਿ ਨਸ਼ਿਆਂ ਕਾਰਨ ਉਹ 45 ਸਾਲ ਦੀ ਉਮਰ ਵਿੱਚ ਉਸ ਦੀ ਕਰਤਾਰ ਸਿੰਘ ਦੀ ਮੌਤ ਹੋ ਜਾਂਦੀ ਹੈ ਹੁਣ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਅਮਰੀਕ ਦੇ ਸਿਰ ਤੇ ਆ ਜਾਂਦੀ ਹੈ ਤੇ ਨਾਨਕੇ ਅਮਰੀਕ ਨੂੰ ਜ਼ਿੰਮੇਵਾਰੀ ਦੀ ਪੱਗ ਬੰਨਦੇ ਨੇ ਤੇ ਇਹ ਨਿਯਮ ਰਿਵਾਜ ਹੁੰਦਾ ਕਿ ਜਦੋਂ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਨਾਨਕੇ ਨੇ ਉਸ ਦੇ ਵੱਡੇ ਪੁੱਤਰ ਨੂੰ ਜ਼ਿੰਮੇਵਾਰੀ ਦੀ ਪੱਗ ਬੰਨਦੇ ਨੇ ਤੇ ਹੁਣ ਅਮਰੀਕ ਨੂੰ ਜ਼ਿੰਮੇਵਾਰੀ ਦੀ ਪੱਗ ਬੰਨੀ ਜਾਂਦੀ ਹੈ ਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੈਗੀ ਅਮਰੀਕੋਲ ਛੋਟੇ ਪੈਂਡ ਦੀ ਕਿ ਉਸਨੇ ਛੋਟੀ ਬੈਨ ਨੂੰ ਛੋਟੀ ਪੈਂਡ ਨੂੰ ਪੜਾਉਣਾ ਹੈ ਤੇ ਉਸ ਨੂੰ ਵਿਆਹਣਾ ਹੈ ਕਿਉਂਕਿ ਬਾਕੀ ਦੋ ਕੁੜੀਆਂ ਦਾ ਤੇ ਵਿਆਹ ਪਹਿਲਾਂ ਹੀ ਹੋਇਆ ਹੋਇਆ ਤੇ ਮੌਤ ਤੋਂ 8ਵੇਂ ਦਿਨ ਸੋਸਾਇਟੀ ਦਾ ਇੰਸਪੈਕਟਰ ਆਂਦਾ ਤੇ ਸੋਸਾਇਟੀ ਦਾ ਇੰਸਪੈਕਟਰ ਕਹਿੰਦਾ ਵੀ ਖਾਦ ਦੇ ਨਾ 1650 ਰੁਪਏ 1650 ਰੁਪਏ ਕਰਤਾਰ ਸਿੰਘ ਨੇ ਲਏ ਸੀ ਕਿ ਤੇ ਉਹ ਤੁਸੀਂ ਮੋੜਨੇ ਨੇ ਤੇ ਤੁਸੀਂ ਇਸ ਤਰ੍ਹਾਂ ਕਿਹਾ ਦੋ ਕਿਸ਼ਤਾਂ ਵਿੱਚ ਮੋੜ ਦੇਣਾ ਮੋੜ ਦੇਣਾ ਤੇ ਪਹਿਲੀ ਕਿਸ਼ਤ ਹੈ 15 ਦਿਨ ਬਾਅਦ ਦੇ ਦੇਣਾ ਤੇ ਉਹ ਇੰਨੀ ਜ਼ਿਆਦਾ ਉਹਨਾਂ ਨੂੰ رعایت ਦੇ ਦਿੰਦਾ ਤੇ ਐਨੀ رعایت ਕਿਉਂ ਦਿੰਦਾ ਕਿਉਂਕਿ ਉਸ ਲੋ ਵੀ ਉਹਨਾਂ ਦੇ ਘਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਦਾ ਆਰਥਿਕ ਸਿਚੁਏਸ਼ਨ ਦਾ ਪਤਾ ਹੁੰਦਾ ਤੇ ਮੁਲਾਜ਼ਮ ਪ੍ਰਾ ਹੋਣ ਕਰਕੇ ਉਹ ਰਿਆਇਤ ਦੇ ਦਿੰਦਾ ਤੇ ਹੁਣ ਅਮਰੀਕ ਨੂੰ ਇਹ ਲੱਗਦਾ ਕਿ ਜਿ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਹੈ ਤੇ ਉਸ ਦਾ ਕਾਰਨ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਵੀ ਮੰਨਦਾ ਕਿਉਂ ਕਿ ਉਹ ਸੋਚਦਾ ਕਿ ਜੇ ਮੈਂ ਆਪਣੇ ਪਿਤਾ ਤੋਂ ਦੂਰ ਨਾ ਹੁੰਦਾ ਤੇ ਮੈਂ ਉਹਨੂੰ ਸਮਝਾਉਂਦਾ ਆਪਣੇ ਪਿਤਾ ਨੂੰ ਤਾਂ ਹੋ ਸਕਦਾ ਹੈ ਕਿ ਉਸ ਦੀ ਮੌਤ ਨਾ ਹੁੰਦੀ ਹੋ ਸਕਦਾ ਹੈ ਕਿ ਉਸ ਮਾੜੀਆਂ ਹੱਦ ਤਾਂ ਵਿੱਚ ਨਾ ਪੈਂਦਾ ਫਿਰ ਉਸ ਨੂੰ ਪਹਿਲਾਂ ਪਿਓ ਪੁੱਤ ਦਾ ਵੀ ਖਿਆਲ ਆ ਰਿਹਾ ਹੁੰਦਾ ਕਿ ਪਿਓ ਪੁੱਤ ਨੇ ਆਪਸ ਵਿੱਚ ਹੱਸਦੇ ਨੇ ਗੱਲਾਂ ਕਰਦੇ ਨੇ ਪਰ ਅਮਰੀਕ ਤੇ ਉਸ ਦਾ ਪਿਓ ਕਰਤਾਰ ਸਿੰਘ ਕਦੇ ਆਪਸ ਵਿੱਚ ਨਾ ਹੱਸ ਪਾਇਆ ਨਾ ਗੱਲਾਂ ਕਰ ਪਾਇਆ ਚੰਗੀ ਤਰ੍ਹਾਂ ਤੇ ਪਹਿਲਾਂ ਉਸ ਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਕਿ ਪਿਓ ਐ ਉਹ ਧੋਲੀ ਦਾੜੀ ਧੋੜਲੀ ਦਾੜੀ ਦਾ ਅਰਥ ਹੈ ਚਿੱਟੀ ਦਾੜੀ ਵਾਲੇ ਹੋਣੇ ਚਾਹੀਦੇ ਹਨ ਕਿਉਂਕਿ ਕੀ ਹੁੰਦਾ ਸੀਗਾ ਕਿ ਜਦੋਂ ਪਹਿਲਾਂ ਉਪਰੇ ਬੰਦੇ ਜਾਂ ਸਕੂਲ ਦੇ ਨਵੇਂ ਮਾਸਟਰ ਜਾਂ ਅਜਨਬੀ ਉਹ ਦੋਨਾਂ ਨੂੰ ਆਪਸ ਵਿੱਚ ਭਰਾ ਸਮਝਦੇ ਸਨ ਤੇ ਹਮੇਸ਼ਾ ਹੀ ਉਸ ਨੂੰ ਅਮਰੀਕ ਨੂੰ ਇਹ ਲੱਗਦਾ ਸੀ ਵੀ ਪਿਓ ਦੀ ਐ ਢੋਲੀ ਦਾੜੀ ਚਿੱਟੀ ਦਾੜੀ ਹੋਣੀ ਚੋੜੀ ਚਾਹੀਦੀ ਐ ਪਰ ਕਰਤਾਰ ਸਿੰਘ ਸ਼ੁਰੂ ਤੋਂ ਹੀ ਕਾਫੀ ਜਵਾਨ ਉਹ ਲੱਗਦਾ ਸੀ ਤੇ ਕੀ ਹੁੰਦਾ ਕਿ ਹੁਣ ਅਮਰੀਕ ਸਿੰਘ ਹੈ ਯਾਦ ਕਰ ਰਿਹਾ ਕਿ ਕਿਸ ਤਰ੍ਹਾਂ ਕਰਤਾਰ ਸਿੰਘ ਜਾਗੀਰਖੌਰ ਨੂੰ ਥਾਪੀ ਨਾਲ ਕੁੱਟਿਆ ਕਰਦਾ ਸੀ ਉਹਨਾਂ ਦੀ ਸ਼ਰਾਮ ਨਾ ਪੀਣ ਦੀ ਗੱਲ ਵੀ ਨਹੀਂ ਸੀ ਸੁਣਦਾ ਤੇ ਹੁਣ ਜਾਗੀਰਖੌਰ ਹਮੇਸ਼ਾ ਰੋ ਰੋ ਕੇ ਆਖੰਦੇ ਸੀ ਕਿ ਉਸਨੇ ਹਰੀਕੇ ਦਰਿਆ ਵਿੱਚ ਡੁੱਬ ਕੇ ਮਰ ਜਾਣਾ ਤੇ ਹੁਣ ਦਾਦੀ ਹੈ ਤੇ ਦੱਦੀ ਵੀ ਜਗੀਰ ਕੌਰ ਨੂੰ ਹੀ ਕਰਤਾਰ ਸਿੰਘ ਦੇ ਜਿਹੜੇ ਮੀਨਸ ਕਿ ਕਰਤਾਰ ਸਿੰਘ ਦੀ ਜਿਹੜੀ ਬੁਰਾਈ ਸੀ ਕਿ ਜਿਹੜੇ ਵੀ ਉਸ ਉਸ ਨੂੰ ਮਾੜੀਆਂ ਆਦਤਾਂਸਾਂ ਨੂੰ ਉਸ ਨੂੰ ਗੁੱਸਾ ਆਉਂਦਾ ਸੀ ਕਿ ਤਾਂ ਉਸ ਦਾ ਕਾਰਨ ਜਗੀਰ ਕੌਰ ਨੂੰ ਹੀ ਕਹਿੰਦੇ ਸੀ ਕਿ ਉਸ ਜਗੀਰ ਕੌਰ ਉਸ ਨੂੰ ਗਰਮ ਪ੍ਰਸ਼ਾਦ ਦੇ ਖਵਾਂਦੀ ਹੈ ਤਾਂ ਹੀ ਕਰਤਾਰ ਸਿੰਘਾ ਵਿਗੜਿਆ ਹੋਇਆ ਤੇ ਉਸ ਨੂੰ ਕਹਿੰਦੇ ਸੀ ਠੰਡੀ ਰੋਟੀ ਦਿਆ ਕਰ ਠੀਕ ਹੈ ਜੀ ਹੁਣ ਇੱਥੇ ਪਿਛਲੀ ਗੱਲਾਂ ਪਹਿਲਾਂ ਯਾਦ ਕਰ ਰਿਹਾ ਹੁੰਦਾ ਤੇ ਹੁਣ ਅੱਗੇ ਦੇ ਬਾਰੇ ਸੋਚ ਰਿਹਾ ਹੁੰਦਾ ਅਮਰੀਕ ਤੇ ਮਹਿੰਦਰ ਨੂੰ ਕਹਿੰਦਾ ਕਿ ਹੁਣ ਅਸੀਂ ਆਪ ਵਾਹੀ ਵਲ ਆਪ ਖੇਤੀ ਵਲ ਧਿਆਨ ਦੇਵਾਂਗੇ ਤੇ ਮਹਿੰਦਰਾ ਚੁੱਪ ਰਹਿੰਦਾ ਕੁਝ ਬੋਲਣਾ ਚਾਹੁੰਦਾ ਉਸ ਨੂੰ ਕਾਫੀ ਚੀਜ਼ਾਂ ਦਾ ਪਤਾ ਹੁੰਦਾ ਪਰ ਉਹ ਚੁੱਪ ਰਹਿੰਦਾ ਤੇ ਜਗੀਰ ਕੌਰ ਕਹਿੰਦੀ ਹੈ ਕਿ ਉਹ ਪੋੜਾ ਕਿਲਾ ਦਾ ਪਿਛਲੇ ਸਾਲ ਹੀ ਘੇਣੇ ਕਰ ਦਿੱਤਾ ਵੀ ਜਿਹੜੀ ਜ਼ਮੀਨ ਤੇ ਤੁਸੀਂ ਖੇਤੀ ਦੀ ਗੱਲ ਕਰ ਰਹੇ ਹੋ ਉਹ ਤਾਂ ਪਹਿਲੇ ਹੀ ਗਿਰਵੀ ਰੱਖ ਦਿੱਤੀ ਆ ਫਿਰ ਇਹਨਾਂ ਨੂੰ ਪਤਾ ਲੱਗਦਾ ਫਿਰ ਅਮਰੀਕ ਨੂੰ ਇਹ ਪਤਾ ਲੱਗਦਾ ਵੀ ਖਾਦ ਦੇ ਵੀ ਉਹਨਾਂ ਨੇ ਪੈਸੇ ਦੇਣੇ ਆ ਫਿਰ ਪਤਾ ਲੱਗਦਾ ਕਿ ਇਹਨਾਂ ਨੇ ਇਸ ਦੇ ਵੀ ਪੈਸੇ ਦੇਣੇ ਆ ਇਸ ਦੇ ਵੀ ਪੈਸੇ ਦੇਣੇ ਆ ਹੋਰ ਵੀ ਲੋਕਾਂ ਦੇ ਪੈਸੇ ਦੇੜੇ ਨੇ ਹੋਰ ਵੀ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਤੇ ਹੋਰ ਕਿਤੇ ਵੀ ਜਾ ਜਾ ਕੇ ਨਸ਼ੇ ਆ ਉਹ ਕਰਦਾ ਸੀਗਾ ਕਰਤਾਰ ਸਿੰਘ ਤੇ ਆਪਣੀ ਮਾਂ ਨੂੰ ਕਹਿੰਦਾ ਮਾਂ ਤੂੰ ਸਭ ਕੁਝ ਸਾਥੋਂ ਲਕੋ ਤੇਰੇ ਕਿ ਉਸਨੂੰ ਕਿ ਅਮਰੀਕ ਸਿੰਘ ਨੂੰ ਇੰਨਾ ਜ਼ਿਆਦਾ ਉਸਦੇ ਪਿਤਾ ਦੇ ਬਾਰੇ ਪਤਾ ਨਹੀਂ ਸੀ ਤੇ ਉਸਦੀ ਮਾਂ ਕਹਿੰਦੀ ਹੈ ਤੂੰ ਤਾਂ ਕਰਦਾ ਖੇੜਾ ਹੀ ਛੁੜਾਇਆ ਹੋਇਆ ਸੀ ਕਿਉਂਕਿ ਪਹਿਲਾਂ ਤੇ ਅਮਰੀਕ ਦਾ ਹੀ ਰਵਈਆ ਸੀ ਨਾ ਵੀ ਅੱਦੇ ਤਨਖਾ ਲੈ ਲਓ ਮੇਰਾ ਖੇੜਾ ਛੱਡੋ ਤੇ ਉਸਦੀ ਮਾਂ ਨੂੰ ਇਹੀ ਕਹਿੰਦੀ ਹੈ ਤੂੰ ਤਾਂ ਖੇੜਾ ਹੀ ਛੁੜਾਇਆ ਹੋਇਆ ਸੀ ਫਿਰ ਅਮਰੀਕ ਨੂੰ ਇਤਰਾਜ਼ ਸੀ ਆਪਣੇ ਘਰ ਵਾਲਿਆਂ ਨਾਲ ਆਪਣੀ ਮਾਂ ਨਾਲ ਕਿਸੇ ਜੀਜ਼ਾ ਉਤਰਾਜ਼ ਸੀ ਕਿ ਉਸਦੀ ਮਾਂ ਨੇ ਉਸ ਤੋਂ ਰੁਪਏ ਚੁੱਕਣ ਜ਼ਮੀਨ ਗਹਿਰੇ ਪਾਉਣ ਤੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਨਹੀਂ ਸੀ ਦੱਸਿਆ ਦੇ ਉਹ ਹਿਸਾਬ ਲਾ ਰਹੇ ਹੁੰਦੇ ਨੇ ਵੀ ਕਿੰਨੀ ਜ਼ਮੀਨ ਉਹਨਾਂ ਕੋਲ ਬਚਦੀ ਕੋਈ ਕਾफी ਜ਼ਮੀਨ ਤੇ ਗਹਿਣੇ ਪਾ ਚੁੱਕਿਆ ਹੁੰਦਾ ਤੇ ਆ ਹਿਸਾਬ ਲਾਉਂਦੇ ਨੇ ਕਿ ਉਹਨਾਂ ਕੋਲ ਪਹਿਲਾਂ 10 ਕਿੱਲੇ ਜ਼ਮੀਨ ਸੀਗੀ ਹੁਣ ਉਹ ਸਾਰਾ ਕੁਝ ਮੀਨਸ ਕਿ ਬਾਕੀ ਜ਼ਮੀਨ ਗਹਿਣੇ ਪਈ ਹੋਈ ਹੈ ਤੇ 2 ਕਿੱਲੇ ਜ਼ਮੀਨ ਹੀ ਬਚਦੀ ਹੈ ਤੇ ਹੁਣ ਅਮਰੀਕ ਕਹਿੰਦਾ ਤੇ ਜੇ ਉਹ ਜਿਉਂਦਾ ਰਹਿੰਦਾ ਜੇ ਕਰਤਾਰ ਸਿੰਘ ਜਿਉਂਦਾ ਰਹਿੰਦਾ ਤਾਂ ਉਹ ਵੀ ਉਹਨੇ ਗਹਿੜਾ ਘੈਣੇ ਪਾ ਜਾਣੀ ਸੀ ਕਿ ਤੇ ਸਾਡੇ ਕੋਲ ਬਚਣਾ ਸੀ ਤੇ ਹੁਣ ਅਮਰੀਕ ਦੀ ਗੱਲ ਪੂਰੀ ਨਹੀਂ ਹੋਣੀ ਪੂਰੀ ਹੀ ਨਹੀਂ ਹੋਣੀ ਹੋਈ ਹੁੰਦੀ ਤੇ ਮਹਿੰਦਰ ਕਹਿੰਦਾ ਤੇ ਹੁਣ ਬਚਣਾ ਸੀ ਠਣ ਠਣ ਗੋਪਾਲ ਮੀਨਿੰਸ ਕਿ ਕੁਝ ਨਹੀਂ ਸੀ ਬਚਣਾ ਤੇ ਮਹਿੰਦਰ ਹੱਸਦਾ ਤੇ ਇਸ ਤਰ੍ਹਾਂ ਹੱਸਦਾ ਕਿ ਉਸਦੇ ਹਾਸੇ ਵਿੱਚ ਨਾ ਖੁਸ਼ੀ ਹੁੰਦੀ ਹੈ ਨਾ ਦਰਦ ਹੁੰਦਾ ਤੇ ਘਰ ਦੇ ਬਾਕੀ ਜੀ ਵੀ ਇਸ ਤਰ੍ਹਾਂ ਹੀ ਹੱਸਦੇ ਨੇ ਤੇ ਹੁਣ ਇਸ ਤਰ੍ਹਾਂ ਲੱਗਦਾ ਕਿ ਮਹਿੰਦਰ ਦੀ ਗੱਲ ਸਾਰਿਆਂ ਨੂੰ ਸਰਬਸੰਮਤੀ ਨਾਲ ਪ੍ਰਮਾਣ ਸੀ ਕਿ ਸਾਰਿਆਂ ਨੂੰ ਇਹ ਗੱਲ ਪ੍ਰਮਾਣ ਸੀ ਕਿ ਕਰਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ ਨਾਲ ਜਿਵੇਂ ਸਿਰਖਰੂ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ ਕਿ ਕਰਦੇ ਸਾਈਂ ਜਿਸ ਦਾ ਅਰਥ ਕਰਤਾਰ ਸਿੰਘ ਕਿਉਂਕਿ ਕਰਦਾ ਸਾਈਂ ਤੇ ਉਹ ਹੀ ਸੀ ਕਿ ਕਰਦਾ ਸਾਈਂ ਸਰਤਾਰ ਸਿੰਘ ਦੇ ਵੇਲੇ ਸਿਰ ਤੁਰ ਜਾਣ ਤੇ ਉਹ ਸਮੇਂ ਸਿਰ ਤੁਰ ਗਿਆ ਸਮੇਂ ਸਿਰ ਦੁਨੀਆ ਤੋਂ ਚਲਾ ਗਿਆ ਤੇ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ ਤੇ ਸੁਰਖਰੂ ਹੋਏ ਦਾ ਅਰਥ ਹੁੰਦਾ ਵੀ ਚਿੰਤਾ ਤੇ ਸੋਕ ਜਿਦੇ ਚਿਹਰੇ ਚਿਹਰੇ ਦੀ ਸੋਭਾ ਨੂੰ ਫਿੱਕਾ ਨਾ ਹੋਣ ਦੇ ਕਿ ਹੁਣ ਚਿੰਤਾ ਤੇ ਸੋਕ ਵਾਲਾ ਮਾਹੌਲ ਹੈ ਕਿ ਕਰਤਾਰ ਸਿੰਘ ਦੀ ਮੌਤ ਹੋ ਗਈ ਪਰ ਉਹਨਾਂ ਦੇ ਚਿਹਰੇ ਤੇ ਐਨਾ ਕੁਝ ਮੀਨਸ ਕਿ ਐਨੀ ਐਨੀ ਚਿੰਤਾ ਤੇ ਐਨਾ ਸੋਕ ਦਿਖ ਨਹੀਂ ਰਿਹਾ ਤੇ ਉਹਨਾਂ ਦੇ ਚਿਹਰੇ ਦੀ ਰੌਣਕ ਫਿੱਕੀ ਨਹੀਂ ਹੋਈ ਤੇ ਕਿਉਂ ਨਹੀਂ ਹੋਈ ਕਰਤਾਰ ਸਿੰਘ ਦੀਆਂ ਬੁਰੀਆਂ ਆਦਤਾਂ ਕਰਨ ਉਹਨਾਂ ਤੇ ਉਹਨਾਂ ਦੇ ਚਿਹਰੇ ਤੇ ਐਨੀ ਚਿੰਤਾ ਤੇ ਐਨਾ ਸੋਕ ਐ ਉਹ ਨਹੀਂ ਸੀ ਤੇ ਹੁਣ ਇਸ ਤਰ੍ਹਾਂ ਜਿਹੜਾ ਪਾਠ ਹੈ ਉਹ ਖਤਮ ਹੋ ਜਾਂਦਾ ਹੈ ਤੇ ਹੁਣ ਇਸ ਇਸ ਕਹਾਣੀ ਦਾ ਕੀ ਵਿਸ਼ਾ ਤੇ ਅਸਿੱਧੇ ਰੂਪ ਵਿੱਚ ਸਾਨੂੰ ਲੇਖਕ ਨੇ ਕੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਿਸ਼ਾ ਦੀ ਤੇ ਹੁਣ ਇਸ ਕਿ ਇਸ ਕਹਾਣੀ ਦਾ ਵਿਸ਼ਾ ਕਿਸਾਨ ਪਰਿਵਾਰ ਵਿੱਚ ਨਸ਼ੇ ਦੀ ਪੈੜੀ ਆਦਤਾਂ ਕਾਰਨ ਹੋਈ ਮੰਦਹਾਲੀ ਤੰਗੀ ਅਤੇ ਮਜਬੂਰੀਆਂ ਨੂੰ ਪੇਸ਼ ਕੀਤਾ ਗਿਆ ਤੇ ਹੁਣ ਸਾਨੂੰ ਅਸਿੱਧੇ ਅਸਿੱਧੇ ਰੂਪ ਵਿੱਚ ਇੰਡਾਇਰੈਕਟਲੀ ਸਾਨੂੰ ਲੇਖਕ ਨੇ ਕੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਸਾਡੀ ਜਿੰਨੀ ਆਮਦਨ ਹੋਏ ਸਾਨੂੰ ਉਨਾ ਹੀ ਖਰਚ ਕਰਨਾ ਚਾਹੀਦਾ ਹੈ ਤੇ ਵੈਸੇ ਵੀ ਇੱਕ ਕਹਾਵਤ ਹੈ ਸਾਦੇ ਵਿਆ ਸਾਦੇ ਭੋਗ ਨਾ ਕਰਜ਼ਾ ਨਾ ਚੰਤਾ ਰੋਗ ਜੇ ਅਸੀਂ ਸਾਦੇ ਵਿਆ ਕਰਾਂਗੇ ਸਾਦੇ ਭੋਗ ਕਰਾਂਗੇ ਤੇ ਨਾ ਸਾਡੇ ਤੇ ਕਰਜ਼ਾ ਛੜੇਗਾ ਤੇ ਨਾ ਹੀ ਸਾਨੂੰ ਕੋਈ ਰੋਗ ਲੱਗੇਗਾ